ਆ ਜਿਹੜਾ ਪਾਵਨ ਪਵਿੱਤਰ ਸਥਾਨ ਬਾਬਾ ਜੈ ਸਿੰਘ ਜੀ ਦਾ ਬੈਠੇ ਹਨ, ਦੂਰੋਂ ਦੂਰੋਂ ਲੋਕ ਤਰਸਦੇ ਨੇ ਕਿਤੇ ਇਹ ਦਰ ਤੇ ਸਾਡਾ ਮੱਥਾ ਟੇਕਿਆ ਜਾਏ, ਪਰ ਸਾਡੇ ਲਾਗੇ ਵਾਲਿਆਂ ਦੇ ਭਾਗ ਹੀ ਸੁੱਤੇ ਹੁੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਲਾਗੇ ਵਾਲਿਆਂ ਦੇ ਭਾਗ ਜ਼ਿਆਦਾ ਸੁੱਤੇ ਹੁੰਦੇ ਆ, ਲਾਗੇ ਵਾਲਿਆਂ ਦੇ ਕਈ ਜਾਗਦੀਆਂ ਦੇ ਰਹਿੰਦੇ ਭਾਗ ਸੁੱਤੇ, ਕਿਤੇ ਭਾਗ ਲਾਉਣਾ ਪਈਆਂ ਸੁੱਤੀਆਂ ਨੂੰ, ਕਈ ਕਰਦੀਆਂ ਨਿਤ ਦੀਦਾਰ ਤੇਰਾ, ਕਈ ਤਰਸਦੀਆਂ ਤੇਰੀ ਪੁੱਤੀਆਂ ਨੂੰ, ਹੋ ਕਈ ਚੁੰਮਦੀਆਂ ਮੱਥੇ ਦਾ ਤਾਜ ਤੇਰਾ, ਕਈ ਤਰਸਨ ਤੇਰੀਆਂ ਜੁੱਤੀਆਂ ਨੂੰ, ਕਈ ਜਾਗਦੀਆਂ ਦੇ ਰਹਿੰਦੇ ਭਾਗ ਸੁੱਤੇ, ਕਿਤੇ ਭਾਗ ਲਾਉਣਾ ਪਈਆਂ ਸੁੱਤੀਆਂ ਨੂੰ, ਕਈ ਕਰਦੀਆਂ ਨਿਤ ਦੀਦਾਰ ਤੇਰਾ, ਕਈ ਤਰਸਦੀਆਂ ਤੇਰੀਆਂ ਪੁੱਤੀਆਂ ਨੂੰ, ਕਈ ਚੁੰਮਦੀਆਂ ਮੱਥੇ ਦਾ ਤਾਜ ਤੇਰਾ, ਕਈ ਤਰਸਦੀਆਂ ਤੇਰੀਆਂ ਜੁੱਤੀਆਂ ਨੂੰ। ਇਹ ਕਰਮ ਹੈ ਜਿਹਦੇ ਤੇ ਮਹਾਰਾਜ ਦੀ ਨਜ਼ਰ ਹੋ ਜਾਵੇ, ਸੇਈ ਤੁਦਨੋ ਗਾਵਨ ਜੋ ਤੁਦ ਭਾਵਨ। ਪਿੰਡ ਵੱਸਦਾ, ਨਗਰ ਵੱਸਦਾ, ਪਰ ਇੱਥੇ ਉਹ ਬੈਠੇ ਨੇ ਜਿਹੜੇ ਮੇਰੇ ਗੁਰੂ ਨਾਨਕ ਦੇ ਮਨ ਨੂੰ ਭਾਉਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉਹੀ ਕੀਰਤਨ ਕਰ ਸਕਦੇ ਹੈ, ਉਹੀ ਕੀਰਤਨ ਸੁਣ ਸਕਦੇ ਹੈ, ਉਹੀ ਕੀਰਤਨ ਬੋਲ ਸਕਦੇ ਹੈ ਜਿਹੜੇ ਗੁਰੂ ਨਾਨਕ ਨੂੰ ਚੰਗੇ ਲੱਗਦੇ ਹੋਣ।